ਕਿਉਂਕਿ ਸੋਨੂੰ ਇਹ ਜਥੇਬੰਦੀ ਰੜਕ ਰਹੀ ਹੈ। ਇਹਨੂੰ ਭੰਨਣਾ ਕਿਵੇਂ ਹੈ? ਇਹੀ ਗਦਾਰ, ਇਹੀ ਮਕਾਰ। ਇਹ ਖਨੌਰੀ ਵਾਲੇ ਬਾਰਡਰ 'ਤੇ ਨਹੀਂ ਜਾਂਦੇ ਸੀ, ਇਹ ਦਿੱਲੀ ਜਾਣ ਨੂੰ ਤਿਆਰ ਨਹੀਂ ਸੀ। ਆਹ ਸਾਰਾ ਪ੍ਰਚਾਰ ਪ੍ਰਚਾਰ ਕੀਤਾ ਜਾ ਰਿਹਾ ਉਗਰਾਹਾਂ ਜਥੇਬੰਦੀ ਨੂੰ, ਇੰਨੇ ਬੰਦੇ ਛੱਡ ਕੇ ਚਲੇ ਗਏ ਉਗਰਾਹਾਂ ਜਥੇਬੰਦੀ ਨੂੰ, ਇੰਨੇ ਬੰਦੇ ਛੱਡ ਕੇ ਚਲੇ ਗਏ। ਫਿਰ ਜਿਹੜਾ ਬਾਈ ਇੰਨੀ ਕੁ ਗੱਲ 'ਤੇ ਸਾਨੂੰ ਛੱਡ ਕੇ ਜਾਂਦਾ, ਉਹ ਸਾਨੂੰ ਕਦੋਂ ਪਾਰ ਲਾਊਗਾ ਜਿਹਨੇ ਜਾਣਾ ਚਾਹੇ? ਇੱਕ ਜਥੇਬੰਦੀ ਹੈ, ਇੱਕੋ ਜਥੇਬੰਦੀ ਜਿਹੜੀ ਅਸੂਲਾਂ 'ਤੇ ਖੜ ਕੇ ਪਹਿਰਾ ਦਿੰਦੀ ਹੈ, ਜਿਹੜੀਆਂ ਗੱਲ ਐ ਨਹੀਂ। ਸਾਡੀ ਜਥੇਬੰਦੀ ਕਿਸੇ ਦੇ ਬਣਾਏ ਹੋਏ ਰਾਹਾਂ 'ਤੇ ਨਹੀਂ ਤੁਰਦੀ, ਆਪਦੇ ਰਾਹ ਆਪ ਬਣਾ ਕੇ ਤੁਰਦੀ। ਇਹਦੇ ਕਰਕੇ ਸਟੈਂਡ ਕਰਦੇ ਹਾਂ। ਇਹ ਹੱਲਾ ਪਹਿਲਾਂ ਵੀ ਬਹੁਤ ਹੱਲੇ ਆਏ ਆਪਣੇ 'ਤੇ, ਬਹੁਤ ਵਾਰ ਹੋਇਆ। ਖਨੌਰੀ ਦੇ ਵਿੱਚ ਹੀ ਕਹਿਤਾ ਵੀ ਗਦਾਰ ਵਿਕ ਕੇ ਲੈ ਲਏ ਪੈਸੇ। ਸਾਡੇ ਪਿੰਡ ਦੇ ਵਿੱਚ ਹੀ ਪ੍ਰਚਾਰ ਹੋਇਆ, ਕਹਿੰਦੇ ਆਪਣੇ ਵਾਲਾ ਤਾਂ ਗਿਆ ਬਾਈ, ਆਪਣੇ ਵਾਲਾ ਤਾਂ ਵਿਕ ਗਿਆ। ਕਿਉਂ ਬਾਈ, ਕੀ ਨਿਬੜਿਆ? ਅਤੇ 10 ਦਸੰਬਰ ਵਾਲੇ ਦਿਨ, 10 ਦਸੰਬਰ ਵਾਲੇ ਦਿਨ ਬੁੱਧੀਜੀਵਨ ਦਾ ਦਿਨ ਮਨਾਇਆ, ਪਹਿਲੇ ਬੁੱਧੀਜੀਵੀਆਂ ਦਾ। ਸਾਰੀ ਦੁਨੀਆ 'ਚ ਗੱਲ ਗਈ ਅਤੇ ਬੀਜੇਪੀ ਸਰਕਾਰ ਦੇ ਉਹ ਦਿਨ ਮਨਾਉਣ 'ਤੇ ਛਾਤੀ ਦੇ ਵਿੱਚ ਸਿੱਧਾ ਤੀਰ ਵੱਜਿਆ। 10 ਦਸੰਬਰ ਨੂੰ ਬੁੱਧੀਜੀਵੀ ਦਾ ਦਿਨ ਮਨਾਉਂਦੇ ਆ, 11 ਦਸੰਬਰ ਨੂੰ ਸਾਰਾ ਦਿਨ ਮੀਡੀਆ ਮੇਰੇ ਦੁਆਲੇ ਰਿਹਾ ਅਤੇ ਬਹੁਤ ਜਥੇਬੰਦੀਆਂ ਜਿਹੜੀਆਂ ਸਾਡੇ ਨਾਲ ਨੇ, ਉਹਨਾਂ ਨੇ ਸਪਸ਼ਟ ਤੌਰ 'ਤੇ ਕਿਹਾ ਸਾਨੂੰ ਨਹੀਂ ਪਤਾ, ਅਸੀਂ ਨਹੀਂ ਇਹਨਾਂ ਦੇ ਨਾਲ, ਅਸੀਂ ਨਹੀਂ ਇਹਨਾਂ ਦੇ ਨਾਲ। ਉਹਨਾਂ ਜਥੇਬੰਦੀਆਂ ਨੇ ਇਹ ਗੱਲ ਕਹੀ ਵੀ ਅਸੀਂ ਨਹੀਂ ਇਹਨਾਂ ਦੇ ਨਾਲ, ਜਿਹੜੀਆਂ ਸਾਡੇ ਨਾਲ ਬੁੱਧੀਜੀਵੀ ਦਾ ਦਿਨ, ਬੁੱਧੀਜੀਵੀਆਂ ਨੂੰ ਰਿਹਾਅ ਕਰੋ, ਜੇਲ੍ਹਾਂ 'ਚ ਬੰਦ ਨੇ ਉਹ ਕਿਉਂ ਅੰਦਰ ਬੰਦ ਕੀਤੇ ਨੇ? ਸਾਡੇ ਨਾਲ ਸਾਂਝਾ ਪ੍ਰੋਗਰਾਮ ਚੰਡੀਗੜ੍ਹ ਦੇ ਵਿੱਚ ਕੀਤਾ, ਜਦੋਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਬਈ ਅਸੀਂ ਨਹੀਂ ਇਹਨਾਂ ਦੇ ਨਾਲ। ਸਾਡੇ ਮੂੰਹ ਇਹ ਸ਼ਬਦ ਨਹੀਂ ਨਿਕਲ ਸਕਦਾ ਮਿੱਤਰੋ, ਅਤੇ ਸਾਡੇ ਆਪਦੇ ਬੰਦੇ, ਸਾਡੇ ਇੱਕ ਦਿਨ ਰਾਤ ਨੂੰ ਬੈਠਿਆ ਸੀ, ਸਾਡੇ ਆਪਦੇ ਬੰਦੇ ਸਾਨੂੰ ਕਹਿ ਰਹੇ ਨੇ ਪ੍ਰਧਾਨ ਜੀ ਹਜੇ ਘੋਲ ਦੇ ਵਿੱਚ ਪੰਗਾ ਆਪਾਂ ਨੇ ਕਸੂਤਾ ਲੈ ਲਿਆ। ਉਹ ਨਹੀਂ ਮਿੱਤਰੋ, ਇਹ ਕਸੂਤੇ ਦਵਾਈ ਕੌੜੀ ਹੈ, ਖਾਣ ਲੱਗਿਆ ਤਕਲੀਫ ਕਰਦੀ ਹੈ ਅਤੇ ਜਦੋਂ ਲੰਘ ਗਈ ਦੱਸਿਓ ਇਹਦਾ ਅਸਰ ਕੀ ਹੋਣਾ। 3-4 ਦਿਨ ਗਾਲਾਂ ਚੱਲੀਆਂ, 5ਵੇਂ ਦਿਨ ਮਿੱਤਰੋ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਹੋ ਗਈ ਵੀ ਉਹ ਕਿਹੜੀ ਜਥੇਬੰਦੀ ਹੈ ਜਿਹੜੀ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਕਰਦੀ ਸੀ, ਉਹਦੀ ਪੜਤਾਲ। ਦੁਨੀਆ ਦੀਆਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਦੁਨੀਆ ਦੇ ਬੁੱਧੀਜੀਵੀ, ਹਿੰਦੁਸਤਾਨ ਦੇ ਸਾਰੇ ਲੇਖਕ, ਹਿੰਦੁਸਤਾਨ ਦੇ ਸਾਰੇ ਪ੍ਰਚਾਰਕ, ਹਿੰਦੁਸਤਾਨ ਦੇ ਕਲੋਕ ਮਾਹਰ, ਹਿੰਦੁਸਤਾਨ ਦੇ ਆਰਥਿਕ ਮਾਹਰ ਸਾਰੇ ਤੁਹਾਡੇ ਕੋਲ ਆਏ ਬਾਈ। ਚੰਗੇ ਰਾਹ ਚੱਲਦਿਆਂ ਨੂੰ ਬਾਈ ਰੋੜੇ ਤਾਂ ਪੈਣਗੇ, ਮਿੱਠੇ ਜਿਹੜੀ ਬੇਰੀ ਦੇ ਬੇਰ ਹੁੰਦੇ ਨੇ, ਡਾਂਗਾਂ ਤਾਂ ਉਸੇ ਨੂੰ ਝੱਲਣੀਆਂ ਪੈਂਦੀਆਂ। ਸਹੀ ਰਾਹ ਚੱਲਦੇ ਤੁਹਾਨੂੰ ਕੋਈ ਜਰਦਾ ਨਹੀਂ, ਇਹਦੀ ਪਰਵਾਹ ਨਾ ਕਰੋ, ਥਿੜਕੋ ਨਾ, ਕਿਉਂਕਿ ਤੁਸੀਂ ਦਰੁਸਤ ਹੋ, ਕਿਉਂਕਿ ਤੁਸੀਂ ਸਹੀ ਹੋ। ਇਸ ਗੱਲ ਦੇ ਸਿੱਟੇ
ਦੇਰ ਬਾਅਦ ਨਿਕਲਦੇ ਆ। ਕੋਈ ਦੁਨੀਆ ਦੀ ਇਹੀ ਜੀ ਜਥੇਬੰਦੀ ਹੈ ਜਿਹੜੀਆਂ ਜਥੇਬੰਦੀਆਂ ਉੱਥੇ ਮੋਰਚੇ 'ਚ ਨੇ ਸਾਡੇ ਨਾਲ ਵਿਚਾਰਧਾਰਕ ਬਖਰੇਵੇਂ ਦੇ ਤੌਰ 'ਤੇ ਉਹ ਸਾਨੂੰ ਦੁਸ਼ਮਣਾਂ ਵਜੋਂ ਦੇਖਦੇ ਰਹੇ ਨੇ, ਵਿੱਚ ਇਹੋ ਜਿਹੀਆਂ ਜਥੇਬੰਦੀਆਂ ਵੀ ਨੇ, ਪਰ ਅਸੀਂ ਐਂ ਨਹੀਂ ਦੇਖਿਆ। 13 ਤਰੀਕ ਨੂੰ ਉਹਨਾਂ ਦੇ ਅਥਰੂ ਵੱਜਦੇ ਗੋਲੇ ਹੁੰਦੇ ਨੇ, 12 ਤਰੀਕ ਦੀ ਬਰਨਾਲੇ ਦੇ ਵਿੱਚ ਮੈਂ ਕਲਿੱਪ ਪਾਈ ਆਪਣੀ ਜਥੇਬੰਦੀ ਨੇ ਬਹਿ ਕੇ ਕਿ ਖਬਰਦਾਰ ਰਹੇ ਸਰਕਾਰ, ਆ ਰੋਕਾਂ ਰਾਕਾਂ ਲਾਈਆਂ ਨੇ ਖਤਮ ਕਰੇ, ਇਹ ਉਹਨਾਂ ਦਾ ਜਮਹੂਰੀ ਹੱਕ ਹੈ ਜਾਣ ਦਾ, ਅਸੀਂ ਇਹ ਰੋਕਾਂ ਬਰਦਾਸ਼ਤ ਨਹੀਂ ਕਰਾਂਗੇ। ਇਹ 12 ਤਰੀਕ ਦੀ ਹੈ ਅਤੇ 13 ਤਰੀਕ ਨੂੰ ਉਹਨਾਂ 'ਤੇ ਗੱਥਰੂ ਗਾਹੇ ਦੇ ਗੋਲੇ ਸਿੱਟਦੇ ਨੇ, 14 ਨੂੰ ਆਪਾਂ ਮੀਟਿੰਗ ਕਰਕੇ 15 ਤਰੀਕ ਦੀ ਰੇਲਾਂ ਦੀਆਂ ਲਾਈਨਾਂ 'ਤੇ ਆ ਕੇ ਸਾਨੂੰ ਗਦਾਰ ਕਹਿੰਦੇ ਅਜੇ ਬਾਈ ਤੁਸੀਂ, ਇਹ ਅਸੀਂ ਉਹਨਾਂ ਨੂੰ ਨਹੀਂ ਜਥੇਬੰਦੀਆਂ ਨੂੰ ਨਹੀਂ ਕਹਿੰਦੇ, ਅਸੀਂ ਮੀਡੀਆ ਵਾਲੇ ਜਿਹੜੇ ਆ ਬੁੱਧੀਜੀਵੀ ਨੇ ਜਿਹੜੇ ਫੇਸਬੁੱਕ 'ਤੇ ਸਰਦਾਰ ਨੇ ਉਹਨਾਂ ਨੂੰ ਕਹਿੰਦੇ ਹਾਂ। ਇਹ ਉਹਨਾਂ ਲੋਕਾਂ ਦਾ ਪ੍ਰਚਾਰ ਨਹੀਂ ਜਿਹੜੇ ਜਾਣਦੇ ਨੇ, ਇਹ ਉਹਨਾਂ ਲੋਕਾਂ ਦਾ ਪ੍ਰਚਾਰ ਨਹੀਂ, ਚਾਹੇ ਤੁਸੀਂ ਦੁੱਧ ਲਾ ਧੋਤੇ ਜਾਓ, ਤੁਹਾਨੂੰ ਮਾੜਾ ਕਹਿਣ ਦਾ ਉਹਨਾਂ ਦਾ ਬਣਾਇਆ, ਉਹਨਾਂ ਦੀਆਂ ਨਜ਼ਰਾਂ 'ਚ ਤੁਸੀਂ ਚੰਗੇ ਕਦੇ ਨਹੀਂ, ਚਾਹੇ ਤੁਸੀਂ ਸਿਰ ਤੋਂ ਪੈਰਾਂ ਤੱਕ ਤਕਰਵਾ ਲਓ, ਤੁਸੀਂ ਸਾਰਾ ਪਰਿਵਾਰ ਇਤਿਹਾਸ ਗਵਾਹ ਹੈ ਬਾਈ। ਨਾਨਕ ਨੂੰ ਵੀ ਤਪਾ, ਗੋਬਿੰਦ ਨੂੰ ਵੀ ਡਾਕੂ, ਦਸ਼ਮੇਸ਼ ਨੂੰ ਵੀ ਡਾਕੂ, ਗੁਰੂ ਨਾਨਕ ਨੂੰ ਵੀ ਤਪਾ, ਉਹਨਾਂ ਨੇ ਹੰਡਾਇਆ ਅਤੇ ਆਪਾਂ ਕਿਹਦੇ ਵਿਚਾਰੇ ਹਾਂ ਬਾਈ। ਇਸ ਕਰਕੇ ਇਹਨਾਂ ਗੱਲਾਂ ਤੋਂ ਘਬਰਾਓ ਨਾ, ਤੁਸੀਂ ਇਹ ਨਿਗਾਹ ਵਰ ਕੇ ਦੇਖੋ ਕਿ ਅਸੀਂ ਇਸ ਅੰਦੋਲਨ ਦੇ ਵਿੱਚ ਕੀ ਕੀਤਾ। ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੈ, ਗੋਲੀ ਚੱਲੀ, ਅਥਰੂ ਕਹੇ ਦੇ ਗੋਲੇ ਹੋਏ ਸਿੱਟੇ, ਡਾਂਗਾ ਨਹੀਂ ਚਲੋ ਮਾਰੀ, ਅਥਰੂ ਕਹੇ ਦੇ ਗੋਲੇ ਸਿੱਟੇ, ਬੰਦੇ ਜ਼ਖਮੀ ਹੋਏ ਨਾ ਬਾਈ, 13 ਨੂੰ ਹੋਏ, 14 ਨੂੰ ਆਪਾਂ ਮੀਟਿੰਗ ਕਰਕੇ 11 ਵਜੇ ਫੈਸਲਾ ਕਰਦੇ ਵੀ ਕੱਲ੍ਹ ਨੂੰ ਰੇਲਾਂ ਰੋਕਣੀਆਂ ਨੇ, 14 ਨੂੰ ਆਪਾਂ ਜਾ ਕੇ ਜਥੇਬੰਦੀਆਂ ਦੇ ਵਿੱਚ ਅਪੀਲ ਕਰਦੇ ਵੀ ਬਾਈ ਤੁਸੀਂ ਵੀ ਐਕਟ ਹੋ, 15 ਤਰੀਕ ਨੂੰ ਪੰਜਾਬ ਦੀਆਂ ਕੁੱਲ ਜਥੇਬੰਦੀਆਂ ਫੀਲਡ 'ਚ ਆ, ਕਿਹੜੇ ਮਗਰ ਰਹਿ ਗਏ ਬਾਈ, ਫਿਰ ਵੀ ਤੁਸੀਂ ਗਦਾਰ, ਫਿਰ ਵੀ ਤੁਸੀਂ ਦਿੱਲੀ ਨਹੀਂ ਜਾਂਦੇ, ਅਜੇ ਵੀ ਸਵਾਲ ਕਰੀ ਜਾਂਦੇ ਨੇ ਵੀ ਤੁਸੀਂ ਦਿੱਲੀ ਨਹੀਂ ਗਏ, ਕੌਣ ਵਾਗਿਆ ਦਿੱਲੀ ਬਈ, ਕੋਈ ਦਿੱਲੀ ਵਾਗਿਆ, ਪਟਿਆਲੇ 'ਚ ਅਸੀਂ ਬੈਠੇ ਹਾਂ ਅਮਰਿੰਦਰ ਦੇ ਘਰੇ, ਉਹ 10 ਕਰਮਾਂ 'ਤੇ ਹੋਰ ਉਹ ਬੈਠੇ ਨੇ, ਉਹਨਾਂ ਦਾ ਆਪਦਾ ਮੋਰਚਾ, ਸਾਡਾ ਆਪਦਾ ਮੋਰਚਾ, ਉਹੀ ਮੰਗਾਂ ਨੇ, ਉਹੀ ਜਬਰ ਹੈ, ਉਹਨਾਂ 'ਤੇ ਅਸੀਂ ਲੜ ਰਹੇ, ਉਹਨਾਂ 'ਤੇ ਉਹ ਲੜਦੇ, ਤਰੀਕਾ ਉਹਨਾਂ ਦਾ ਆਪਦਾ। ਦੋ ਭਰਾ ਅੱਡ ਹੋ ਗਏ, ਉਹ ਆਪਦੀ ਪੈਲੀ 'ਚ ਹਲ ਪਾਉਂਦਾ, ਉਹ ਆਪਦੀ ਪੈਲੀ 'ਚ ਹਲ ਪਾਉਂਦਾ, ਜੇ ਕੋਈ ਸਵਾਲ ਕਰੇ ਵੀ ਯਾਰ ਤੁਸੀਂ ਇਕੱਠੇ ਕਿਉਂ ਨਹੀਂ ਹਲ ਪਾਉਂਦੇ, ਇਹ ਮਾੜਾ ਮੋਟਾ ਆਪਦੇ ਕਨੇਡੀਆਂ ਦਾ ਮਰ ਲਓ, ਕਦੇ ਇਕੱਠੇ ਤੁਸੀਂ ਚੱਲਿਓ, ਦੱਸਿਓ ਮੈਨੂੰ ਭਰਾਓ। ਬਹੁਤ ਸਾਰੇ ਕਹਿੰਦੇ ਨੇ ਵੀ ਕਿਸਾਨ ਜਥੇਬੰਦੀਆਂ ਸਾਰੀਆਂ ਇੱਕ ਕਿਉਂ ਨਹੀਂ ਹੁੰਦੀਆਂ, ਇੱਕ ਝੰਡੇ ਥੱਲੇ ਆ ਜਾਓ, ਇਹ ਸੌਖਾ ਹੈ ਕਹਿਣਾ, ਹਰ ਜਥੇਬੰਦੀ ਦਾ ਆਪਦਾ ਆਪਦਾ ਚੌਕਟ ਹੈ, ਹੁਣ ਸਾਡੀ ਜਥੇਬੰਦੀ ਦਾ ਚੌਕਟ ਹੈ ਵੀ ਸਾਡਾ ਕੋਈ ਵੀ ਆਗੂ ਅਤੇ ਕੋਈ ਵੀ ਚੋਣ ਨਹੀਂ ਲੜੂਗਾ, ਅਤੇ ਕਿਸੇ ਵੀ ਪਾਰਟੀ ਦੀ ਸਾਡੀ ਜਥੇਬੰਦੀ ਚੋਣਾਂ 'ਚ ਸਪੋਰਟ ਨਹੀਂ ਕਰਦੀ, ਆਹ ਸਾਡਾ ਚੌਕਟ ਹੈ। ਪਹਿਲਾਂ ਤਾਂ ਲੈ ਇਹ ਜਿੰਨੀਆਂ ਜਥੇਬੰਦੀਆਂ ਨੇ
ਇਹ ਕਿਸੇ ਇਹ ਚੌਕਟੇ 'ਚ ਫਿੱਟ ਨਹੀਂ ਆਉਂਦੀ ਇਹਨਾਂ ਦੇ ਵਿੱਚ ਜਿੰਨੇ ਬੰਦੇ, ਉਹ ਸਾਡੇ ਨਾਲ ਕਿਵੇਂ ਫਿੱਟ ਆਉਣਗੇ? ਸਾਡੇ ਸਾਡੇ 'ਚ ਆ ਜੇ ਕੋਈ ਆ ਕੇ ਚੋਣ ਲੜ ਲਏ, ਆ ਕੇ ਪੋਲਿੰਗ 'ਤੇ ਬਹਿ ਜੇ, ਅਸੀਂ ਤਾਂ ਉਹਦੀ ਕੱਢ ਦਾਂਗੇ ਉਹਨੂੰ, ਅਸੀਂ ਉਹਨਾਂ ਨਾਲ ਭਲਾਈ ਕਿਵੇਂ ਹੋ ਜਾਵਾਂਗੇ? ਕੁਛ ਇਹਦੇ ਵਿੱਚ ਹੀ ਜਥੇਬੰਦੀਆਂ ਇਹੋ ਜਿਹੇ ਨੇ ਜਿਹੜੀਆਂ ਚੋਣਾਂ ਲੜਦੀਆਂ ਨੇ, ਇਹਦੇ ਵਿੱਚ ਹੀ ਜਥੇਬੰਦੀਆਂ ਆਈਆਂ ਜਾਂ ਨੇ ਜਿਹੜੇ ਜਿਹੜੇ ਬਲੈਕ ਕਰਦੇ ਦੇ ਵਿੱਚ ਬੰਦੇ ਉਹਨਾਂ ਦੇ ਬੈਠੇ ਨੇ, ਉਹਨਾਂ ਨੂੰ ਉਹ ਵੀ ਮਨਜ਼ੂਰ ਨੇ। ਇਹਨਾਂ ਵਿੱਚ ਹੀ ਇਹੋ ਜਿਹੇ ਬੰਦੇ ਬੈਠੇ ਨੇ ਜਿਹੜੇ ਅਫਸਰਾਂ ਨਾਲ ਲੈਣ ਦੇਣ ਕਰਕੇ ਰਜਿਸਟਰੀਆਂ ਕਰਾਉਂਦੇ ਨੇ, ਉਹ ਵਿੱਚ ਉਹਨਾਂ ਦੇ ਵੀ ਉਹ ਬੈਠੇ ਨੇ, ਉਹਨਾਂ ਨਾਲ ਇਕੱਠੇ ਚੱਲ ਪਏ ਸੀ, ਆਏ ਅਸੀਂ ਇਕੱਠੇ ਹੋਏ ਸਾਰੇ। ਜੇ ਕਿਸੇ ਬੰਦੇ ਨੂੰ ਹੁਣ ਅਸੀਂ ਲੈਣਾ ਨਾ ਨਹੀਂ ਲੈਣਾ ਚਾਹੁੰਦੇ, ਆਪਣੀ ਜਥੇਬੰਦੀ 'ਚ ਪਿੱਛੋਂ ਆਪਾਂ ਨੇ ਬੰਦੇ ਕੱਢੇ ਆ, ਆਪਾਂ ਨੇ ਬੰਦੇ ਕੱਢੇ ਅਤੇ ਅਗਲਿਆਂ ਨੇ ਜਾ ਕੇ ਸਿਰੋਪੇ ਪਾ ਕੇ ਸਨਮਾਨਿਤ ਕਰਤਾ। ਤੁਸੀਂ ਕਹਿੰਦੇ ਵੀ ਇਕੱਠੇ ਕਿਉਂ ਨਹੀਂ ਹੁੰਦੇ? ਰੌਲਾ ਇਹਨਾਂ ਗੱਲਾਂ ਦਾ ਸਾਡੇ ਰੌਲੇ ਨੇ। ਅਸੀਂ ਕਹਿੰਦੇ ਹਾਂ, ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਕੋਈ ਪੰਜਾਬ ਦੀ ਜਥੇਬੰਦੀ ਇੱਕ ਬੰਦਾ ਗਿਣਾ ਦੇ ਵੀ ਸਾਡਾ ਆਹ ਦਾਗੀ ਬੰਦਾ ਸੀ, ਕਰਪਟ ਬੰਦਾ ਸੀ, ਧੀ ਭੈਣ ਦਾ ਸਾਂਝੀ ਨਹੀਂ ਸੀ, ਸਾਡਾ ਇਹ ਸੂਬੇ ਦਾ ਲੀਡਰ ਸੀ, ਅਸੀਂ ਨੇ ਕੱਢਿਆ ਅਤੇ ਤੁਸੀਂ ਸਟੇਟ 'ਚ ਲੈ ਲਿਆ, ਦਿਖਾ ਦਿਓ, ਦਿਖਾ ਦਿਓ। ਨਹੀਂ ਅਸੀਂ ਗਿਣਾਉਂਦੇ ਹਾਂ ਵੀ ਆਹ ਸਾਡਾ ਕੱਢਿਆ ਸੀ, ਆਹ ਇਹਦੇ ਦੋਸਤੀ ਇੱਧਰੋਂ ਗਿਆ, ਇੱਧਰ ਬਲਾਕ ਦਾ ਆਗੂ ਅਤੇ ਤੁਹਾਡੇ ਕੋਲ ਜਾ ਕੇ ਉਹ ਪੰਜਾਬ ਦਾ। ਇਸ ਕਰਕੇ ਇਹ ਮੌਕਾ, ਮੇਰਾ ਕਹਿਣ ਦਾ ਮਤਲਬ ਸਿਰਫ ਇਹ ਵੀ ਇਹ ਬਖਰੇਵੇਂ ਨੇ ਸਾਡੇ, ਜਿਨ੍ਹਾਂ ਕਰਕੇ ਅਸੀਂ ਇਕੱਠੇ ਨਹੀਂ ਹੁੰਦੇ। ਫਿਰ ਜਦ ਬਖਰੇਵੇਂ ਸਟੈਂਡ ਕਰਦੇ ਨੇ, ਕਿਸਾਨੀ ਦਾ ਇਕੱਠੇ ਹੋ ਕੇ ਲੜਨ ਦਾ ਲੋੜ ਹੈ, ਫਿਰ ਅਸੀਂ ਕਹਿੰਦੇ ਵੀ ਜਿਹੇ ਜੀ ਜਥੇਬੰਦੀ ਤੁਹਾਨੂੰ ਫਿੱਟ ਹੈ ਬਾਈ, ਤੁਸੀਂ ਉਹੀ ਜੀ 'ਚ ਜਾ ਕੇ ਫਿੱਟ ਹੋ। ਫਿਰ ਆਪਾਂ ਜਥੇਬੰਦੀਆਂ ਸਾਰੀਆਂ ਤਾਂ ਇਕੱਠੀ ਕਰ ਸਕਦੇ ਹਾਂ, ਜਥੇਬੰਦੀਆਂ ਇਕੱਠੀਆਂ ਫਿਰ ਕਿੱਥੇ ਹੋਣ? ਜਥੇਬੰਦੀਆਂ ਐਂ ਇਕੱਠੀਆਂ ਹੋ ਜਾਣ ਵੀ ਭਾਈ ਕਣਕ ਆਪਾਂ ਨੇ ਫਸਲ ਬਚਾਉਣੀ ਹੈ, ਆਪਾਂ ਨੇ ਕਿਸਾਨਾਂ ਦਾ ਫਾਇਦਾ ਕਰਨਾ, ਕਿਸੇ ਦਾ ਕੋਈ ਧਰਮ ਹੋਵੇ, ਕਿਸੇ ਦੀ ਕੋਈ ਜਾਤ ਹੋਵੇ, ਕੋਈ ਵੀ ਕੁਛ ਹੋਵੇ, ਉਹ ਜਾ ਕੇ ਆਪਾਂ ਖੇਤਾਂ ਦੀ ਖਾਤਰ ਕੰਮ ਕਰਨਾ। ਐਂ ਫਿਰ ਆਪਾਂ ਇਹ ਬਣਾ ਲਿਆ ਵੀ ਆਪਾਂ ਮੁੱਦੇ 'ਤੇ ਸਾਂਝ ਆ, 3 ਕਾਨੂੰਨ ਵਾਪਸ ਕਰਾਉਣੇ ਨੇ, ਸਾਰਿਆਂ ਦੀ ਲੋੜ ਹੈ, ਹਾਂਜੀ ਠੀਕ ਹੈ, ਕਰਜ਼ਾ ਖਤਮ ਕਰਾਉਣਾ, ਸਾਰਿਆਂ ਦੀ ਲੋੜ ਹੈ, ਹਾਂਜੀ ਠੀਕ ਹੈ, ਇਹ ਤਾਂ ਸਾਂਝ ਬਣ ਗਈ। ਫਸਲ ਦੀ ਬੀਮਾ ਕਰਾਉਣੀ ਹੈ, ਇਹ ਸਾਰਿਆਂ ਦੀ ਲੋੜ ਹੈ, ਹਾਂਜੀ ਇਹ ਸਾਂਝਾ ਬਣ ਗਿਆ। ਆਪਾਂ ਕਹਿ ਰਹੇ ਵੀ ਕੁਦਰਤੀ ਫਸਲਾਂ ਦਾ ਹੋਏ ਫਸਲ ਦੇ ਮੁਆਵਜ਼ੇ ਦਾ 100% ਮੁਆਵਜ਼ਾ ਲੈਣਾ, ਇਹ ਸਾਰਿਆਂ ਦਾ ਸਾਂਝਾ ਬਣ ਗਿਆ, ਇਹ ਤਾਂ ਸਹਿਮਤੀ ਬਣ ਗਈ। ਫਿਰ ਬਈ ਇਹਨਾਂ 'ਤੇ ਆਪਦੇ ਆਪਦੇ ਤਰੀਕੇ ਨਾਲ ਲੜ ਦਿਓ, ਆਹ ਸਾਡੀ ਸਾਂਝ ਹੈ। ਜੇ ਫਰਜ਼ ਕਰ ਲਓ ਕਿਸੇ ਤਰੀਕੇ 'ਤੇ ਰੌਲਾ ਹੁੰਦਾ, ਫਿਰ ਤਰੀਕੇ ਦਾ ਰੌਲਾ ਪੈਜੋ। ਹੁਣ ਇੱਥੇ ਐਂ ਪ੍ਰਚਾਰਿਆ ਜਾ ਰਿਹਾ ਵੀ ਕਾਮਰੇਡਾਂ 'ਤੇ ਸਿੱਖਾਂ ਦਾ ਰੌਲਾ ਹੈ, ਚੱਲ ਹੋਵੇ ਭਾਈ, ਕਾਮਰੇਡ ਅਤੇ ਸਿੱਖ ਆਪ 'ਚ ਨਾ ਬੋਲਣ, ਜਿਹੜਾ ਕਾਮਰੇਡ ਹੈ ਕਿ ਜੇ ਬੰਦਾ ਕਾਮਰੇਡ ਬੰਦਾ ਉਹਦੀ ਵੀ ਫਸਲ ਮਰ ਗਈ, ਸਿੱਖ ਦੀ ਵੀ ਫਸਲ ਮਰ ਗਈ, ਮੁਸਲਮਾਨ ਦੀ ਵੀ ਫਸਲ ਮਰ ਗਈ, ਈਸਾਈਆਂ ਦਾ ਵੀ ਗੜੇ ਪੈ ਗਏ, ਉਹ ਚਾਰਾਂ ਦਾ ਨੁਕਸਾਨ ਤਾਂ ਇੱਕ, ਉਹ ਚਾਰੇ ਜੇ ਇਕੱਠੇ ਹੋ ਕੇ ਆਏ ਕਹਿੰਦੇ ਮੈਂ ਗੜੇਮਾਰੀ ਦਾ ਮਾਮਲਾ ਲੈਣਾ, ਭਾਈ ਰੌਲਾ ਕੀ? ਕਾਮਰੇਡ ਅਤੇ ਸਿੱਖ, ਮੁਸਲਮਾਨ ਅਤੇ ਈਸਾਈ ਜੇ ਇਕੱਠੇ ਹੋ ਕੇ ਐਂ ਕਹਿ ਦੇਣ ਵੀ ਯਾਰ ਗੜਿਆਂ ਦਾ ਮਾਮਲਾ ਤਾਂ ਆਪਾਂ ਨੂੰ ਲੈਣਾ ਚਾਹੀਦਾ, ਆਪਾਂ ਆਪ 'ਚ ਬੋਲਦੇ ਹਾਂ ਚਾਹੇ ਨਹੀਂ ਬੋਲਦੇ,
ਆਪਾਂ ਇਕੱਠੇ ਹੋ ਕੇ ਤਾਂ ਲੜ ਸਕਦੇ ਹਾਂ, ਆਪਾਂ ਇਕੱਠੇ ਹੋ ਕੇ ਤਾਂ ਐਂ ਸਾਨੂੰ ਕਰਜ਼ਾ ਸਾਡਾ ਖਤਮ ਕਰੋ, ਆਪਾਂ ਇਕੱਠੇ ਹੋ ਕੇ ਤਾਂ ਐਂ ਕਹਿੰਦਾ ਸਾਡੇ ਚਿੱਟੇ ਨੂੰ ਖਤਮ ਕਰ ਦਿਉ, ਆਪਾਂ ਇਕੱਠੇ ਹੋ ਕੇ ਐਂ ਤਾਂ ਕਹਿ ਸਕਦੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇ ਦਿਉ, ਆਪਾਂ ਇਕੱਠੇ ਹੋ ਕੇ ਐਂ ਤਾਂ ਕਹਿ ਸਕਦੇ ਹਾਂ ਵੀ ਸਾਨੂੰ ਵਿੱਦਿਆ ਸਸਤੀ ਦੇ ਦਿਉ, ਫ੍ਰੀ ਦੇ ਦਿਉ। ਇਹ ਇੱਕ ਇਹੋ ਜਿਹਾ ਸ਼ੋਸ਼ਾ ਛੱਡਿਆ ਕਿ ਉਹੀ ਕਿਸੇ ਨੂੰ ਸ਼ੋਸ਼ਾ ਛੱਡ ਕੇ ਬਦਨਾਮ ਕਰਦਾ। ਇਹ ਇਹੋ ਜਿਹਾ ਸ਼ੋਸ਼ਾ ਹੈ ਜਿਵੇਂ ਐਂ ਕਹਿ ਦਿੰਦੇ ਨੇ ਫੌਜੀ ਤਾਂ ਪਾਗਲ ਹੁੰਦੇ ਨੇ, ਉਹ ਸ਼ਬਦ ਨਹੀਂ ਮੈਂ ਕਹਿੰਦਾ ਜਿਹੜਾ ਉਹ ਵਰਤਦੇ ਨੇ, ਭਲਾ ਵੀ ਇਹ ਗੱਲ ਛੱਡਤੀ ਵੀ ਫੌਜੀ ਤਾਂ ਪਾਗਲ ਹੁੰਦੇ ਨੇ, ਸੱਚਮੁੱਚੀ ਭਲਾ ਵੀ ਫੌਜੀ ਪਾਗਲ ਨੇ? ਆਹ ਮੁੰਡਾ ਫੌਜੀ ਹੈ, ਆਹ ਇੱਥੇ ਅਮਲਾ ਮੁੰਡਾ ਬੈਠਾ ਫੌਜੀ, ਤੁਹਾਡੇ ਸਾਰਿਆਂ ਨਾਲ ਸਿਆਣਾ, ਇੱਥੇ ਬਲਵਿੰਦਰ ਬੈਠਾ ਇਹ ਫੌਜੀ ਹੈ, ਸਾਡੇ 'ਚ ਮੈਨੂੰ ਲੱਗਦਾ ਸੈਂਕੜੇ ਫੌਜੀ ਹੋਣਗੇ। ਕਿ ਸਾਰੇ ਫੌਜ ਦੇ ਵਿੱਚ ਪਾਗਲ ਨੇ, ਫਿਰ ਜੰਗ ਕਿਵੇਂ ਜਿੱਤੀ ਜਾਂਦੀ ਹੈ ਪਾਕਿਸਤਾਨ 'ਚ? ਅਫਸਰ ਨੇ, ਗ੍ਰੈਜੂਏਟ ਨੇ, ਡਾਕਟਰ ਨੇ, ਆਪਰੇਸ਼ਨ ਕਰਦੇ ਨੇ। ਇੱਕ ਗੱਲ ਛੱਡਤੀ ਨਾ, ਇੱਕ ਗੱਲ ਛੱਡਤੀ, ਐਂ ਆ ਸ਼ੋਸ਼ਾ ਵੀ ਕਾਮਰੇਡ ਦੇ ਸਿੱਖਾਂ ਦਾ ਰੌਲਾ ਵੇ। ਜਿਹੜਾ ਆਹ ਅੰਦੋਲਨ ਹੈ ਇਹ ਕਿਹੜੇ ਕਾਮਰੇਡ ਦਾ ਸੀ, ਕਿਹੜੇ ਸਿੱਖਾਂ ਦਾ ਸੀ ਬਈ? ਉੱਥੇ ਸਾਰੇ ਕਿਸਮ ਦੇ ਬੰਦੇ ਆ, ਘੋਲਾਂ 'ਚ ਪੈਂਦੇ ਨੇ, ਮਰਦੇ ਨੇ। ਹੁਣ ਉੱਥੇ ਦਿੱਲੀ ਦਾ ਅੰਦੋਲਨ ਸੀ, ਉਹ ਕਿਹੜਾ ਸੀਗਾ ਬਈ? ਸਿੱਖ ਕਾਮਰੇਡ ਦਾ ਰੌਲਾ ਪਾਉਣਾ, ਆਪਸ ਵੰਡਣਾ, ਇਹ ਬੀਜੇਪੀ ਦੀ ਪਾਲਸੀ ਹੈ। ਇੱਥੇ ਹਿੰਦੂਆਂ ਦੇ ਸਿੱਖਾਂ ਦਾ ਕੋਈ ਰੌਲਾ ਨਹੀਂ, ਇੱਥੇ ਕਾਮਰੇਡਾਂ ਦੇ ਸਿੱਖਾਂ ਦਾ ਕੋਈ ਰੌਲਾ ਨਹੀਂ, ਇੱਥੇ ਈਸਾਈਆਂ ਦੇ ਮੁਸਲਮਾਨਾਂ ਦਾ ਕੋਈ ਰੌਲਾ ਨਹੀਂ। ਇਹ ਰੌਲੇ ਸਿਰਫ ਪਾਏ ਜਾਂਦੇ ਆ ਕਿ ਤੁਸੀਂ ਇਕੱਠੇ ਹੋ ਕੇ ਆਪਦੀ ਗੱਲ ਨੂੰ ਗਾਹ ਨਾ ਦਿਓ। ਆਹ ਗੱਲਾਂ ਨੇ ਬਈ, ਆਹ ਗੱਲਾਂ ਸਮਝਣ ਦੀ ਲੋੜ ਹੈ। ਊਈ ਕਹਿਣਾ ਇਹ ਜਦੋਂ ਸਾਡੇ ਸਧਾਰਨ ਬੰਦਿਆਂ ਕੋਲ ਖੁੰਡਾਂ 'ਤੇ ਗੱਲਾਂ ਜਾਂਦੀਆਂ ਨੇ, ਸਾਨੂੰ ਇਹ ਬੰਦਾ ਇੱਕ ਮੈਨੂੰ ਆ ਕੇ ਕਹਿੰਦਾ ਯਾਰ ਪ੍ਰਧਾਨ ਜੀ ਲੋਕਾਂ ਨੇ ਤਾਂ ਯਾਰ ਆਪਾਂ ਨੂੰ ਬਹੁਤ ਬਦਨਾਮ ਕਰਤਾ। ਕੀ ਬਈ ਤੁਸੀਂ ਦਿੱਲੀ ਕਾਹਦੋਂ ਲਈ ਜਾਂਦੇ ਯਾਰ ਇੱਥੇ ਕਿਉਂ ਬੈਠੇ ਹੋ? ਉਹਦਾ ਵਿਚਾਰਾ ਫਲਾਣਾ ਦਾ ਯਾਰ ਮੂਹਰੇ ਮੂਹਰੇ ਤੁਰਿਆ ਫਿਰਦਾ ਹੈ। ਓਏ ਆਪਾਂ ਕਈ ਵਾਰ ਦਿੱਲੀ ਗਏ ਆ, ਉਦੋਂ ਫਿਰ ਲੋਕਾਂ ਨੇ ਉਹਨਾਂ ਨੂੰ ਕਿਉਂ ਨਹੀਂ ਕਿਹਾ ਵੀ ਤੁਸੀਂ ਖੁੰਡਾਂ 'ਤੇ ਬੈਠੇ? ਜਦੋਂ ਆਪਾਂ ਇੱਕ ਸਾਲ ਮੋਰਚਾ ਲੈ ਕੇ ਗਿਆ ਉਦੋਂ ਤਖ਼ਤ ਪੋਸ਼ 'ਤੇ ਬੈਠੇ ਤਾਸ਼ ਖੇਡਦੇ ਬੰਦਿਆਂ ਨੂੰ ਕਿਸੇ ਨੇ ਕਿਉਂ ਨਹੀਂ ਕਿਹਾ ਵੀ ਤੁਸੀਂ ਕਿਉਂ ਬੈਠੇ ਉੱਥੇ? ਵੀ ਕੀ ਸਾਰਾ ਪੰਜਾਬ ਦਿੱਲੀ 'ਚ ਗਿਆ ਸੀ? ਆਪਾਂ ਇੱਕ ਸਾਲ ਮੋਰਚਾ ਲੈ ਕੇ ਆਇਆ, ਉਦੋਂ ਇਹ ਗੱਲ ਕਿਉਂ ਨਹੀਂ ਚੱਲੀ ਵੀ ਜਿਹੜੇ ਤੁਸੀਂ ਪਿੱਛੇ ਬੈਠੇ ਹੋ ਉਹ ਕਿਤੇ ਦਿੱਲੀ ਕਿਉਂ ਨਹੀਂ ਜਾਂਦੇ? ਇਹ ਐਤਕੀ ਕਿਉਂ ਚੱਲੀ ਹੈ? ਇਹ ਐਤਕੀ ਇਸ ਕਰਕੇ ਚੱਲੀ ਹੈ ਕਿ ਤੁਹਾਡੀ ਜਥੇਬੰਦੀ ਨੂੰ ਰਗੜਨਾ ਸੀ, ਤੁਹਾਡੀ ਜਥੇਬੰਦੀ ਨੂੰ ਤੋੜਨਾ ਸੀ, ਪਰ ਨਹੀਂ ਤੋੜ ਸਕਦੇ ਜਿਨ੍ਹਾਂ ਦੇ ਪੈਰ ਮਜ਼ਬੂਤ ਹੁੰਦੇ। ਸਾਡੇ ਕੋਲ ਨੀਤੀ ਹੈ, ਸਾਡੇ ਕੋਲ ਪੋਲਸੀ ਹੈ, ਸਾਡੇ ਕੋਲ ਉਹ ਸਮਝਦਾਰ ਕੇਡਰ ਹੈ ਜਿਹੜੀ ਗੱਲ ਸਮਝਦਾ ਹੈ। ਆਹ ਸਾਡਾ ਹਿੱਸਾ ਬੈਠ, ਜਿੱਥੇ ਕਹਾਂਗੇ ਉੱਥੇ ਖੜੂਗਾ, ਜਿੱਥੇ ਕਹਾਂਗੇ ਉੱਥੇ ਵੱਢੂਗਾ, ਅੱਗੇ ਹੋਵਾਂਗੇ। ਦੇਖਿਆ ਬਾਈ ਤੁਹਾਡੇ 'ਚੋਂ ਕਿੰਨੇ ਬੰਦੇ ਸੀ ਉੱਥੇ 2009 ਦੇ ਵਿੱਚ ਜਦੋਂ ਆਪਣੀ ਚੰਡੀਗੜ੍ਹ ਦੀ ਪੁਲਿਸ ਨਾਲ ਸਿੱਧੀ ਟੱਕਰ ਹੋਈ? ਲਗਭਗ ਜ਼ਿਆਦਾ ਨਹੀਂ 8 ਮਿੰਟ ਸਾਡੀ ਐਨ ਪੂਰੀ ਟੱਕਰ ਰਹੀ, 8 ਮਿੰਟ। 8 ਮਿੰਟ ਟੱਕਰ ਦੇ ਵਿੱਚ ਟੋਟਲ ਸੂਬੇ ਦੀ ਲੀਡਰਸ਼ਿਪ ਤੁਹਾਡੇ ਮੂਹਰੇ ਸੀ। ਇੱਕ ਵਾਰ ਇਹੋ ਜਿਹਾ ਮੋੜ ਆਇਆ ਕਿ ਇੱਕ DSP ਗੰਜਾ ਦਾ ਸਿਰ ਆਪਣੇ ਕਿਸੇ ਆਗੂ ਦੇ ਡਾਂਗ ਮਾਰਨ ਲੱਗਿਆ। ਮੈਂ ਉਹਨੂੰ ਕਿਹਾ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਤੂੰ DSP ਹੈ। ਇਹ ਸੰਘਰਸ਼ 'ਚ, ਜੰਗ 'ਚ
ਉਹ ਪਿੱਛੇ ਹਟ ਗਿਆ, ਕਹਿੰਦਾ ਤੁਸੀਂ ਫਿਰ ਆਪਦੇ ਬੰਦੇ ਰੋਕ ਲਓ, ਅਸੀਂ ਆਪਦੇ ਰੋਕ ਲੈਂਦੇ ਹਾਂ। ਮੈਂ ਬੰਦਿਆਂ ਨੂੰ ਕਿਹਾ, ਮੈਂ ਠੀਕ ਹੈ ਤੂੰ ਆਪਦੇ ਪਿੱਛੇ ਕਰ, ਅਸੀਂ ਆਪਦੇ ਪਿੱਛੇ ਕਰਦੇ। ਮੈਂ ਜਦੋਂ ਐਂ ਹੱਥ ਮਾਰਿਆ ਆਪਣੇ ਬੰਦੇ ਪਿੱਛੇ ਹਟ ਗਏ, ਉਹਨੇ ਵੀ ਉਸ ਪਾਸੇ ਪਿੱਛੇ ਹਟ ਕੇ ਦੂਜੇ ਪਾਸੇ ਇੱਕ DSP ਨੇ ਕਮਾਂਡੋ ਭੇਜ ਕੇ ਹਮਲਾ ਕਰਾ। ਇੱਧਰੋਂ ਫਿਰ ਆਪਣੇ ਬੰਦੇ ਨੇ ਇਸ਼ਾਰਾ ਕਰਿਆ ਵੀ ਹੁਣ ਮੌਕਾ ਇੱਟਾਂ ਚੱਕ ਲਓ, ਫਿਰ ਆਪਣੇ ਨੇ ਅਟੈਕ ਕੀਤਾ, ਫਿਰ ਉਹ ਭੱਜ। ਐਂ ਟੱਕਰ ਹੁੰਦੀ ਹੈ, ਐਂ ਮੋੜੇ ਤੋਂ ਬੁੜਦੇ ਹੋ, ਕਹੇ ਤੋਂ ਅੱਗੇ ਵੱਧਦੇ। ਇੱਕ ਦਿਨ 'ਚ ਨਹੀਂ ਸਿੱਖੇ, ਇੱਕ ਮਹੀਨੇ 'ਚ ਨਹੀਂ ਸਿੱਖੇ, ਇੱਕ ਸਾਲ 'ਚ ਨਹੀਂ ਸਿੱਖੇ, ਸਾਲ ਲੱਗੇ ਇਹਨਾਂ 'ਤੇ। ਐਵੇਂ ਨਹੀਂ ਕਿਹਾ ਜਾਂਦਾ ਵੀ ਜਾਬਤੇ ਵਾਲੀ ਜੱਥੇ ਬੰਦੀ ਹੋਵੇ। ਆਹ ਜਿੰਨਾ ਵੱਡਾ ਬੈਠੇ, ਜਿੰਨੀਆਂ ਬੁੜੀਆਂ, ਆਹ ਬੁੜੀਆਂ ਜਿੰਨੀਆਂ ਬੈਠੇ, ਕਰਦੇ ਕੋਈ ਮੀਡੀਆ ਵਾਲਾ ਸਵਾਲ? ਬਿਸ਼ਪ ਪਾਲ ਸੰਸਥਾ ਤੋਂ ਹੇਠਾਂ ਉਤਰ ਆਉਣ, ਕਰਦੇ ਕੋਈ ਸਵਾਲ ਵੀ ਕਿਉਂ ਆਇਆ ਇੱਥੇ? ਇਹ ਜਵਾਬ ਦੇਣਗੀਆਂ ਵੀ ਗਲ ਗਲ ਕਰਜਾ, ਅਤਿਆਚਾਰ ਕਰ ਰਹੀ ਹੈ ਸਰਕਾਰ, ਨਾਕੇ ਲਾਏ ਹੋਏ ਨੇ, ਕਿਉਂ ਰੋਕੇ ਨੇ, ਜਾਵਾਂਗੇ, ਟਰਾਲੀਆਂ ਨੇ, ਸਾਡੇ ਘਰ ਨੇ, ਇਹਨਾਂ ਦੇ ਵਿੱਚ ਸਾਡਾ ਸਾਜੋ ਸਮਾਨ ਹੈ, ਇਹਨਾਂ 'ਚ ਸਾਡਾ ਰਾਸ਼ਨ ਹੈ, ਦਿੱਲੀ ਜਾਣ ਦਾ ਸਾਡਾ ਅਧਿਕਾਰ ਹੈ, ਸਾਡੀ ਸਰਕਾਰ ਬੈਠੀ ਹੈ, ਸਰਕਾਰ ਕੋਲ ਗੱਲ ਕਰਨ ਦਾ ਸਾਡਾ ਅਧਿਕਾਰ, ਸਾਨੂੰ ਰੋਕੋਗੇ ਕਿ ਅਸੀਂ ਜਾਵਾਂਗੇ? ਇਹ ਨਹੀਂ ਸਿੱਖੇ, ਅਖਬਾਰ ਲਾ ਕੇ ਕੰਧਾਂ 'ਤੇ, ਇਹਦੇ ਨਾਲ ਬੱਚੇ ਸਿੱਖਦੇ ਨਹੀਂ ਹੁੰਦੇ। ਮੀਟਿੰਗਾਂ ਕਰਾਉਂਦੇ ਹਾਂ, ਮੀਟਿੰਗਾਂ ਆਮ ਪ੍ਰਚਲਿਤ ਆ ਸਮਾਜ ਦੇ ਵਿੱਚ ਕਿ ਜਦੋਂ ਕੋਈ ਗੱਲ ਕਰਦਾ ਬੁੜੀਆਂ ਨਹੀਂ ਕਿਸੇ ਦੀ ਗੱਲ ਸੁਣਦੀਆਂ, ਆਹ ਤੁਹਾਡੇ ਸਾਹਮਣੇ ਬੈਠੀਆਂ ਨੇ, ਇਹਨਾਂ ਦੀਆਂ ਗੱਲਾਂ ਮੁੱਕ ਗਿਆ, ਇੱਕ ਅੱਜ ਇਹਨਾਂ ਦੇ ਘਰਦਿਆਂ ਸਮੱਸਿਆ ਮੁੱਕ ਗਿਆ। ਕਿਹੜੀ ਦਵਾਈ ਹੈ ਉਹ ਜਿਹੜੀ ਇਹਨਾਂ ਨੇ ਖਾ ਲਈ? ਆਹ ਸਾਰਾ ਕੁਛ ਇਹ ਚੇਤਨਾ ਦਾ ਹਿੱਸਾ, ਇਹ ਸਾਡੀ ਸਕੂਲਿੰਗ ਦਾ ਹਿੱਸਾ, ਇਹਦੇ 'ਚ ਸਾਰਾ ਕੁਛ ਹੈ। ਇਸ ਕਰਕੇ ਘਬਰਾਓ ਨਾ ਭਰਾਓ, ਬੜਾ ਕੁਛ ਸੁਣਨ ਨੂੰ ਮਿਲੂਗਾ ਤੁਹਾਨੂੰ। ਪਰ ਮੈਨੂੰ ਇਹ ਦੱਸੋ, ਅੱਜ ਤੱਕ ਜ਼ਿੰਦਗੀ ਦੇ ਸੰਘਰਸ਼ਾਂ 'ਚ ਜਿਹੜੇ ਸੰਘਰਸ਼ ਨੂੰ ਵੀ ਹੱਥ ਪਾਇਆ, ਜਿਹੜੀ ਗੱਲ ਨੂੰ ਵੀ ਹੱਥ ਪਾਇਆ, ਉਹਦੇ ਵਿੱਚ ਕਦੋਂ ਹਾਰੇ ਹੋ ਤੁਸੀਂ? ਆਹ ਜਿਹੜੀਆਂ ਗੱਲਾਂ ਬਹੁਤ ਵਾਰੀ ਸੁਣਨ ਨੂੰ ਮਿਲੀਆਂ ਨੇ, ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਬਹੁਤ ਵਾਰ ਗੱਲ ਆਈ ਵੀ ਬਾਈ ਚਲੋ ਉੱਥੇ ਚਲੋ ਮੋਰਚੇ 'ਚ, ਆਪਾਂ ਤਾਂ ਰਹਿ ਗਏ, ਆਪਾਂ ਤਾਂ ਲੋਕ ਗਾਲਾਂ ਦੇਣਗੇ, ਆਪਾਂ ਤਾਂ ਲੋਕ ਕੁੱਟ ਦੇਣਗੇ, ਆਪਾਂ ਤਾਂ ਲੋਕਾਂ 'ਚੋਂ ਖਤਮ ਹੋ ਜਾਵਾਂਗੇ। ਅਸੀਂ ਕਿਹਾ ਵੀ ਗੱਲ ਤੁਹਾਡੀ ਠੀਕ ਹੈ, ਕੌਮੀ ਇਨਸਾਫ ਮੋਰਚੇ ਦੀ ਗੱਲ ਇਹ ਠੀਕ ਹੈ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਰਿਹਾ ਕੀਤਾ ਜਾਵੇ। ਉਹ ਬੰਦੀ ਸਿੰਘਾਂ ਦੀ ਗੱਲ ਕਰਕੇ ਇਸ ਮੰਗ ਨੂੰ ਛੋਟੀ ਕਰਕੇ ਦੇਖ ਰਹੇ ਹੈ, ਉਹਨਾਂ ਦਾ ਆਪਦਾ ਹਥਿਆਰ ਹੈ, ਉਹ ਜੋ ਕਰ ਰਹੇ ਨੇ ਆਪਦੀ ਮਰਜ਼ੀ ਨਾਲ ਉਹ ਕਰਨ। ਪਰ ਆਪਣੀ ਜਥੇਬੰਦੀ ਨੇ ਫੈਸਲਾ ਕੀਤਾ ਕਿ ਉਹਨਾਂ ਲੋਕਾਂ ਨੂੰ ਛਡਾਉਣ ਦੀ ਖਾਤਰ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਉਹ ਕਿਸੇ ਧਰਮ ਦੇ ਕਿਸੇ ਜਾਤ ਦੇ ਨੇ, ਉਹਨਾਂ ਦੀ ਖਾਤਰ ਆਪਾਂ ਨੇ ਇੱਥੇ ਮੁਜ਼ਾਹਰਾ ਕੀਤਾ ਸ਼ਹਿਰ ਦੇ ਵਿੱਚ, ਬਠਿੰਡੇ ਦੇ ਵਿੱਚ ਕਨਵੈਨਸ਼ਨ ਕੀਤੀ, ਉਹ ਸਾਰਾ ਕੁਛ ਆਪਾਂ ਨੇ ਕੀਤਾ। ਬਾਈ ਗੱਲ ਆਪਣੀ ਕਿੱਧਰ ਗਈ? ਆਪਾਂ ਕੀ ਕੀਤਾ? ਹਰ ਮੌਕੇ ਅਸੀਂ ਕਦੇ ਕਿਸੇ ਦੇ ਖਿੱਚੇ। ਹੁਣ ਤੁਸੀਂ ਮੈਨੂੰ ਇਹ ਦੱਸੋ, ਜਦੋਂ ਮੈਂ ਬਠਿੰਡੇ ਬਰਨਾਲੇ ਦੀ ਰੈਲੀ 'ਚ ਅੰਮ੍ਰਿਤਪਾਲ ਵਾਲੇ ਬੋਲਿਆ, ਉਦੋਂ ਮੈਨੂੰ ਵੀ ਉਦੋਂ ਵੀ ਹੋਇਆ ਕਿ ਬਹੁਤ ਸਾਰੀਆਂ ਜਥੇਬੰਦੀਆਂ ਸਾਨੂੰ ਛੱਡ ਕੇ ਜਾ ਰਹੇ ਨੇ, ਪਿੰਡਾਂ ਦੇ ਫੈਸਲਾ ਕਰ ਲਿਆ ਵੀ ਇਹਨਾਂ ਨੂੰ ਛੱਡ ਕੇ ਚਲੇ ਜਾਓ, ਇਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਨਾ ਵੜਨ ਦਿਓ, ਇਹਨਾਂ ਦੇ ਗੁਰਦੁਆਰਿਆਂ 'ਚ ਮੀਟਿੰਗਾਂ ਨਾ ਹੋਣ ਦਿਓ। ਅਸੀਂ ਐਂ ਬੋਲਿਆ ਸੀ
ਵੀ ਭਾਈ ਸਾਹਿਬ ਜਿਹੜੀਆਂ ਤੁਸੀਂ ਆ ਬੰਦੂਕਾਂ ਚੱਕ ਕੇ ਜੰਗ ਛੇੜਨ ਦੀ ਤਿਆਰੀ ਕਰਨ ਦੀ ਗੱਲ ਕਰਦੇ ਹੋ, ਬੱਚੇ ਮਰਵਾਓਗੇ, ਠੀਕ ਨਹੀਂ ਤੁਹਾਡਾ, ਇਹ ਛੋਕਰਿਆਂ ਵਾਲੀ ਕਾਰਵਾਈ ਹੈ। ਦੱਸੋ ਵੀ ਗਲਤ ਕੀ ਸੀ ਅਤੇ ਨਿਬੜਿਆ ਕੀ, ਇਹ ਦੱਸ ਦਿਓ। ਜਿੱਦਾਂ ਨਿਬੜਦੀ ਹੈ ਗੱਲ, ਜਿਹੜਾ ਅੱਜ ਹਰਿਆਣੇ ਦੀ ਸਰਕਾਰ ਨੇ ਆਇਆ ਕਿ ਕਿਸਾਨਾਂ ਦੇ NSA ਲਾ ਕੇ ਅੰਦਰ ਕਰਦਾ, ਉਹੀ NSA ਲਾ ਕੇ ਅੰਮ੍ਰਿਤਪਾਲ ਨੂੰ ਅੰਦਰ ਕੀਤਾ, ਉਹੀ NSA ਲਾ ਕੇ ਬਾਜੇ ਕੇ ਪ੍ਰਧਾਨ ਮੰਤਰੀ ਨੂੰ ਅੰਦਰ ਕੀਤਾ, ਉਹੀ NSA ਲਾ ਕੇ ਕਿੰਨੇ ਲੋਕਾਂ ਨੂੰ ਬੇਕਸੂਰਮ ਚੱਕ ਕੇ ਅੰਦਰ ਕਰਤਾ, ਉਹਨਾਂ 'ਤੇ ਕੀ ਐਡਾ ਦੋਸ਼ ਹੈਗਾ ਸੀ, ਕੀ ਉਹਨਾਂ ਦਾ ਐਡਾ ਕਸੂਰ ਹੈਗਾ ਸੀ ਜਿਹਦੇ ਥੱਲੇ, ਕੀ ਸਾਡੀ ਹੁਣ ਅੰਮ੍ਰਿਤਪਾਲ ਨਾਲ ਦੋਸਤੀ ਪੈ ਗਈ, ਕੀ ਸਾਡੀ ਉਦੋਂ ਅੰਮ੍ਰਿਤਪਾਲ ਨਾਲ ਬੈਰ ਸੀ, ਉਹੀ ਅੰਮ੍ਰਿਤਪਾਲ ਜਿਹਦਾ ਅਸੀਂ ਵਿਰੋਧ ਕੀਤਾ, ਅਸੀਂ ਉਹਦੇ ਪੱਖ ਜਿੱਥੇ ਮੁਜ਼ਾਹਰਾ ਵੀ ਕੀਤਾ, ਕਿਉਂਕਿ ਅੰਮ੍ਰਿਤਪਾਲ ਦਾ ਵਿਰੋਧ ਅਸੀਂ ਨਹੀਂ ਸੀ ਕੀਤਾ, ਕਿਉਂਕਿ ਅਸੀਂ ਉਹਦੀ ਗੱਲ ਦਾ ਵਿਰੋਧ ਕੀਤਾ ਸੀ ਜਿਹੜੀ ਗੱਲ ਕੱਢੀ, ਅਸੀਂ ਉਦੋਂ ਇਸ ਗੱਲ ਦਾ ਹੀ ਵਿਰੋਧ ਕੀਤਾ ਕਿ NSA ਲਾ ਕੇ ਅੰਦਰ ਕਰਨਾ ਕਿਵੇਂ ਜਾਇਜ਼ ਹੈ, ਇਹੋ ਜਿਹਾ ਜੁਰਮ ਉਹਨੇ ਕੀ ਕੀਤਾ ਸੀ ਜਿਹਦੇ ਤੁਸੀਂ ਉਹਦੇ 'ਤੇ NSA ਲਾ ਤੀ, ਜਿੰਨਾ ਕੁ ਜੁਰਮ ਸੀ ਸਜ਼ਾ ਦੇ ਦਿੰਦੇ, ਅੱਜ ਚੱਕ ਕੇ ਤੁਸੀਂ ਉਹਨੂੰ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਉਹਨੂੰ ਅੰਦਰ ਕਰਤਾ, ਕੱਲ੍ਹ ਨੂੰ ਕਿਸੇ ਨੂੰ ਹੋਰ ਅੰਦਰ ਕਰਦੇ ਹੋ, ਤੁਸੀਂ ਪੰਜਾਬ ਦਾ ਮਾਹੌਲ ਦਹਿਸ਼ਤ ਵਾਲਾ ਸਰਕਾਰ ਨੇ ਬਣਾਇਆ, ਇਹੋ ਜਿਹਾ ਮਾਹੌਲ ਇੱਥੇ ਹੈ ਨਹੀਂ ਸੀ, ਇਹ ਹਾਲਤਾਂ ਪੈਦਾ ਵੀ ਤੁਸੀਂ ਨੇ ਆਪ ਕੀਤੀਆਂ, ਹਰੇਕ ਜਗ੍ਹਾ 'ਤੇ ਐਂ ਕਰਦੇ ਰਹੋ, ਜਦੋਂ ਚਾਕੀ ਮਰਜ਼ੀ ਕੋਈ ਭੜਕਾ ਦੇ, ਜਦੋਂ ਮਚਾਕੀ ਮਰਜ਼ੀ ਸਾਨੂੰ ਫੜ, ਅਸੀਂ ਇਸ ਕਰਕੇ ਮਜ਼ਬੂਤ ਤਾਂ ਕਿ ਸਾਡਾ ਪੈਂਤੜਾ ਮਜ਼ਬੂਤ ਹੈ, ਸਾਡੀ ਲੈਣ ਮਜ਼ਬੂਤ ਹੈ, ਸਾਡੇ ਅਸੂਲ ਮਜ਼ਬੂਤ ਨੇ, ਅਸੀਂ ਦਿਸ਼ਾ ਅਤੇ ਦੁਸ਼ਾ ਮੁਤਾਬਕ ਹੀ ਫੈਸਲਾ ਕਰਦੇ, ਇਸ ਕਰਕੇ ਭਰਾਵੋ ਤੁਹਾਡਾ ਟਾਈਮ ਬਹੁਤ ਲੈ ਗਿਆ, ਤੁਹਾਨੂੰ ਇੱਕ ਬੇਨਤੀ ਹੈ ਕਿ ਜਿਹੜਾ ਆਹ ਪ੍ਰਦਰਸ਼ਨ ਆਪਾਂ ਅੱਜ ਕਰ ਰਹੇ, ਮੈਂ ਹੁਣ ਇਹ 'ਤੇ ਇੱਕ ਮਿੰਟ ਲਾਉਣਾ, ਉੱਠੋ ਨਾ ਥੋੜ੍ਹਾ ਜਿਹਾ, ਉਦੋਂ ਬਾਅਦ ਚਲੇ ਜਾਇਓ, ਇੱਕ ਮਿੰਟ ਠਹਿਰ ਜਾਓ, ਤੁਸੀਂ ਗੱਡੀਆਂ ਕਿਧਰੇ ਨਹੀਂ ਜਾਂਦੀਆਂ, ਨਾ ਆਪਾਂ ਨੇੜੇ ਮਜ਼ਾਰਾ ਤੋਂ, ਆਹ ਜਿਹੜਾ ਪ੍ਰਦਰਸ਼ਨ ਹੈ ਅੱਜ ਆਪਾਂ ਰੋਸ ਦਿਵਸ ਵਜੋਂ ਦਿਨ ਮਨਾ ਰਹੇ, ਤੁਸੀਂ ਹੁਣ ਇਸ ਦਿਨ ਨੂੰ ਐ ਨਾ ਦੇਖੋ ਵੀ ਇੱਕ ਪ੍ਰਦਰਸ਼ਨ ਕਰਨਾ, ਜਿਵੇਂ ਮੈਨੂੰ ਪਤਾ ਲੱਗਾ ਕਿ ਦੂਜਿਆਂ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ, ਉਹਨਾਂ ਦਾ ਆਪਦਾ ਤਰੀਕਾ, ਇੱਕ ਘਰ ਦਾ ਚਿਰਾਗ ਬੁੱਝ ਗਿਆ, 21 ਸਾਲਾਂ ਦਾ ਮੁੰਡਾ, ਦੋ ਭੈਣਾਂ ਦਾ ਭਰਾ, 2-2.5 ਕਿੱਲਿਆਂ ਦਾ ਮਾਲਕ, ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ, ਥੋੜ੍ਹਾ ਜਿਹਾ ਅੱਖਾਂ ਮੀਚ ਕੇ ਆਪਦੇ ਗਰਵਾਨ 'ਚ ਨਿਗਾਹ ਮਾਰੋ, ਜੇ ਇਹ ਸਾਡੇ ਅੱਗੇ ਵਾਪਰੀਏ ਤਾਂ ਕੀ ਅਸੀਂ ਆਪਦੇ ਪੈਰਾਂ 'ਤੇ ਖੜ੍ਹੇ ਹੋ ਸਕਾਂਗੇ, ਥੋੜ੍ਹੀ ਜਿਹੀ ਨਿਗਾਹ ਮਾਰੋ, ਇਹ ਨਾ ਦੇਖੋ ਵੀ ਕਿਹੜੇ ਪਿੰਡ ਦਾ ਸੀ, ਇਹ ਨਾ ਦੇਖੋ ਵੀ ਕਿਹੜੀ ਜਮਾਤ ਦਾ ਸੀ, ਇਹਨੂੰ ਐਂ ਸਮਝ ਲਓ ਵੀ ਇਹ ਅੱਗ ਸਾਡੇ ਘਰੇ ਆ ਲੱਗੀ, ਇੱਕੋ ਇੱਕ ਪੁੱਤ ਭੈਣਾਂ ਬੈਠੀਆਂ ਨੇ, ਬੱਚਾ ਸਕੂਲੋਂ 10 ਮਿੰਟ ਲੇਟ ਹੋ ਜਾਵੇ, ਭੈਣ ਜਾ ਕੇ ਗੇਟ 'ਤੇ ਡੀਕਣ ਲੱਗ ਜਾਂਦੀ ਆ, ਫੋਨ ਕਰਦੀ ਅੱਜ ਸਾਡੀ ਭੈਣ ਕਾਹਤੋਂ ਨਹੀਂ ਆਈ, ਜਿਹਦੇ ਪੁੱਤ ਨੇ ਕਦੇ ਵੀ ਨਹੀਂ ਆਉਣਾ, ਅੱਜ ਉਹਦੇ ਰੋਸ ਵਜੋਂ 2 ਸ਼ਬਦ 2 ਕਦਮ ਪੱਟਣੇ ਨੇ, ਇਹਦੇ ਵਿੱਚ ਗੈਰ ਹਾਜ਼ਰ ਨਾ ਹੋ ਜਾਓ, ਇੱਕ ਲਾਸ਼ ਦਾ ਕਾਫਲਾ ਹੈ, ਇੱਕ ਨੌਜਵਾਨ ਪੁੱਤ ਦੀ ਲਾਸ਼ ਲੈ ਕੇ 10 ਕਰਮਾਂ ਤੱਕ ਜਾਣਾ, ਇਹਨੂੰ ਇਹ ਫੂਸ ਦੇ ਪੁਤਲੇ ਦੀ ਪੁਤਲੀ ਨਾ ਦੇਖੋ, ਇਹਨੂੰ ਮੰਨ ਕੇ ਚੱਲੋ
ਕਿ ਇਹ ਭਾਣਾ ਸਾਡੇ ਘਰ ਵਾਪਰ ਗਿਆ, ਫਿਰ ਹੀ ਤੁਸੀਂ ਚੰਗੇ ਮਨੁੱਖ ਵਰਗੀ ਤਰ੍ਹਾਂ ਦੇ। ਇਹਨੂੰ ਫਾਰਮੈਲਿਟੀ ਨਾ ਮੰਨੋ, ਇਹਨੂੰ ਇੱਕ ਦੁੱਖ ਦਿਖਾਂਤ ਮੰਨ ਕੇ ਚੱਲੋ। ਇਹ ਬੇਨਤੀ ਹੈ ਮੇਰੀ, ਜਿਹੜਾ ਭੈਣ ਜਾਂ ਭਰਾ ਤੁਰ ਨਹੀਂ ਸਕਦਾ, ਉਹ ਬੇਨਤੀ ਹੈ ਵੀ ਬੇਸ਼ੱਕ ਉਹ ਕਿਸੇ ਗੱਡੀ ਵਹੀਕਲ ਦਾ ਸਹਾਰਾ ਲੈ ਸਕਦਾ। ਜਿੰਨੇ ਤੁਸੀਂ ਭੈਣ ਭਰਾ ਹੋ, ਤੁਸੀਂ ਤੁਰ ਕੇ ਜਾਣਾ, ਬਾਹਲੀ ਦੂਰ ਨਹੀਂ ਆਪਾਂ ਜਾਣਾ, ਜਾਂ ਆਗੂਆਂ ਨੂੰ ਪਤਾ, ਜਾਂ ਬਰਨਾਲਾ ਕੈਂਚੀਆਂ, ਬਰਨਾਲਾ ਚੌਂਕ ਕੋਈ ਬਾਹਲੀ ਦੂਰ, ਬਰਨਾਲਾ ਚੌਂਕ ਤੱਕ ਆਪਾਂ ਤੁਰਨਾ, ਬਾਕੀ ਤੁਹਾਨੂੰ ਸਟੇਜ ਸਕੱਤਰ ਦੱਸੂਗਾ।